ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਔਰ ਸਾਡੇ ਨਾਲ ਮੌਜੂਦ ਨੇ ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਤੋਂ ਮੈਡਮ ਵੀਨਾ ਗੋਇਲ ਜੀ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ 26 27 ਸਾਲ ਦਾ ਐਕਸਪੀਰੀਅੰਸ ਹੈ ਔਰ ਆਸਟ੍ਰੇਲੀਆ ਦੇ ਵਿੱਚ ਪ੍ਰੋਫਾਈਲ ਦੇਖ ਕੇ ਦੱਸ ਦਿੰਦੇ ਨੇ ਕਿ ਵੀਜ਼ਾ ਆ ਸਕਦਾ ਹੈ ਜਾਂ ਨਹੀਂ ਸੋ ਬਹੁਤ ਵੱਡਾ ਐਕਸਪੀਰੀਅੰਸ ਹੈ ਔਰ ਅੱਜ ਮੈਮ ਵੀਨਾ ਗੋਇਲ ਦੇ ਨਾਲ ਦੋ ਤਿੰਨ ਬੜੇ ਅਹਿਮ ਸਵਾਲ ਨੇ ਜਿਹੜੇ ਅੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੁੱਛਣ ਵਾਲੇ ਆ ਉਹ ਸਟੂਡੈਂਟ ਜਿਨ੍ਹਾਂ ਦੀਆਂ ਕਲਾਸਸ ਨਵੰਬਰ ਤੋਂ ਸ਼ੁਰੂ ਹੋਣੀਆਂ ਸੀ ਨਵੰਬਰ ਇਨਟੇਕ ਲਈ ਜਿਨ੍ਹਾਂ ਨੇ ਫਾਈਲ ਲਾਈ ਸੀ ਜਿਨ੍ਹਾਂ ਦੇ ਰਿਜ਼ਲਟ ਨਹੀਂ ਆਏ ਜਿਨ੍ਹਾਂ ਦੇ ਜੀਟੀਈ ਕਲੀਅਰ ਨਹੀਂ ਹੋਏ ਹਾਲੇ ਤੱਕ ਉਹ ਸਟੂਡੈਂਟਸ ਕੀ ਕਰਨ ਇਹ ਬਹੁਤ ਵੱਡਾ ਸਵਾਲ ਹੈ ਸਾਡੇ ਬਹੁਤ ਸਾਰੇ ਸਟੂਡੈਂਟਸ ਦੇ ਸਾਹਮਣੇ ਹੈ ਔਰ ਦੂਸਰਾ ਫੈਬਰੂਰੀ ਇਨਟੇਕ ਦੇ ਵਿੱਚ ਔਰ ਜਨੂਅਰੀ ਇਨਟੇਕ ਦੇ ਵਿੱਚ ਬਹੁਤ ਜ਼ਿਆਦਾ ਵੀਜ਼ੇ ਆਉਣੇ ਨੇ ਕਿਹੜੇ ਸਟੂਡੈਂਟਸ ਨੂੰ ਜਨੂਅਰੀ ਤੇ ਫੈਬਰੂਰੀ ਚ ਜ਼ਿਆਦਾ ਵੀਜ਼ੇ ਮਿਲਣਗੇ ਇਹ ਵੀ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਜੀ ਦੀ ਪੂਰੀ ਜਾਣਕਾਰੀ ਹੁਣੀ ਮੈਮ ਵੀਨਾ ਗੋਇਲ ਸਾਡੇ ਨਾਲ ਸਾਂਝੀ ਕਰਨਗੇ ਮੈਮ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੈਮ ਮੈਂ ਚਾਹੂੰਗਾ ਕਿ ਇਹ ਦੋ ਟਾਪਿਕ ਨੇ ਬੜੇ ਇੰਪੋਰਟੈਂਟ ਟਾਪਿਕ ਨੇ ਫਾਈਲ ਜਿਨ੍ਹਾਂ ਦੀ ਲੱਗੀ ਹੋਈ ਹੈ ਨਵੰਬਰ ਇਨਟੇਕ ਦਾ ਰਿਜ਼ਲਟ ਨਹੀਂ ਆਇਆ ਕੀ ਕਰਨ ਫ फेब्रुवारी ਜਨੂਅਰੀ ਚ ਜ਼ਿਆਦਾ ਵੀਜ਼ੇ ਕਿਉਂ ਆ ਸਕਦੇ ਨੇ ਇਹ ਦੋ ਤਿੰਨ ਸਵਾਲ ਨੇ ਔਰ ਜੀਟੀ ਦੇ ਨਾਲ ਜੁੜੀਆਂ ਜਿਹੜੀਆਂ ਅਹਿਮ ਕਲੈਰਿਟੀਆਂ ਨੇ ਮੈਂ ਚਾਹੂੰਗਾ ਕਿ ਸਾਰਿਆਂ ਦੇ ਉੱਤੇ ਤੁਸੀਂ ਅਨਲਿਸਿਸ ਸਾਨੂੰ ਜ਼ਰੂਰ ਦਿਓ ਦੇਖੋ ਜਿਨ੍ਹਾਂ ਦੀ ਫਾਈਲਾਂ ਲੱਗ ਗਈਆਂ ਉਹ ਕੋਈ ਡਿਸੀਜਨ ਨਹੀਂ ਲੈ ਸਕਦੇ ਅੰਬੈਸੀ ਵਿੱਚ ਜਾਂ ਤਾਂ ਵਿਡਰਾ ਕਰ ਸਕਦੇ ਆ ਵਿਡਰਾ ਕਰਨ ਦੇ ਬਾਅਦ ਪ੍ਰੋਬਲਮ ਕੀ ਹੁੰਦੀ ਹੈ ਯੂਨੀਵਰਸਿਟੀ ਫੀਸ ਨਹੀਂ ਵਾਪਸ ਦੇਗੀ ਅੰਟਿਲ অর ਅਨਲੈਸ ਕੋਈ ਐਦਾਂ ਦਾ ਮਜਬੂਰੀ ਹੋਏ ਕੋਈ ਜੈਨੂਨ ਰੀਜ਼ਨ ਯੂਨੀਵਰਸਿਟੀ ਨੂੰ ਨਜ਼ਰ ਆਏ ਦੇ ਵਿਲ ਨਾਟ ਰਿਫੰਡ ਯੂਅਰ ਫੀ ਸੋ ਯੂ ਹੈਵ ਟੂ ਵੇਟ ਤੁਸੀਂ ਵੇਟ ਹੀ ਕਰਨੀ ਹੈ ਹੈਵ ਪੇਸ਼ੈਂਸ ਪੇਸ਼ੈਂਸ ਰੱਖੋ ਐਂਡ ਆਲ ਦਾ ਬੈਸਟ ਬਟ ਇਹ ਮੇਰੇ ਤੋਂ ਤੁਸੀਂ ਲਿਖਵਾ ਕੇ ਲੈ ਲਓ ਜਿਹੜੇ ਬੱਚੇ ਫਾਈਲਾਂ ਹੁਣ ਲਾ ਰਹੇ ਜਨਵਰੀ ਦੇ ਰਿਜ਼ਲਟ ਬਹੁਤ ਅੱਛੇ ਆਣਗੇ ਕਿ ਜਦ ਅੰਬੈਸੀ ਨੇ ਵੀਜ਼ਾ ਦੇਣਾ ਹੁੰਦਾ ਹੈ ਅਪਰੂਵਲ ਉਹ ਅੱਗੇ ਪਿੱਛੇ ਕਰ ਦਿੰਦੇ ਆ ਡਸਨਟ ਮੈਟਰ ਯੂਨੀਵਰਸਿਟੀ ਫੇਰ ਆਪ ਡੈਫਰ ਕਰ ਦਿੰਦੀ ਆ ਤੁਸੀਂ ਕਰਾਣਾ ਹੈ ਪਹਿਲੇ ਕਰਾ ਸਕਦੇ ਹੋ ਜੇ ਰਿਜ਼ਲਟ ਮੰਨ ਲਓ ਤੁਹਾਡਾ ਵੀਜ਼ਾ ਇਨਟੇਕ ਸ਼ੁਰੂ ਹੁੰਦੇ 2 ਦਿਨ ਪਹਿਲਾਂ ਵੀ ਆਇਆ ਤੇ ਯੂ ਕੈਨ ਫਲਾਈ ਰਾਈਟ ਇਨਟੇਕ ਨਿਕਲ ਗਿਆ ਫਿਰ ਵੀ ਜਿਹੜਾ ਯੂਨੀਵਰਸਿਟੀਆਂ 5-7-10 ਦਿਨ ਦੀ ਐਕਸਟੈਂਸ਼ਨ ਦੇ ਦਿੰਦੀਆਂ ਤੇ ਹਜੇ ਤੇ ਉਹ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਆ ਤੁਸੀਂ ਜਿਹੜਾ ਧਿਆਨ ਦੋ ਕਿ ਤੁਹਾਡਾ ਜੇ ਪ੍ਰੋਫਾਈਲ ਠੀਕ ਹੈ ਵੀਜ਼ਾ ਆਏਗਾ ਔਰ ਨਹੀਂ ਹੀ ਆਇਆ ਦੈਨ ਵੀ ਆਰ ਹੇਅਰ ਵੀ ਵਿਲ ਹੈਲਪ ਯੂ ਠੀਕ ਹੈ ਲੇਕਿਨ ਜੈਨ ਦਾ ਜਿਹੜੇ ਬੱਚਿਆਂ ਨੇ ਨਹੀਂ ਅਪਲਾਈ ਕੀਤਾ ਅਪਲਾਈ ਕਰਨਾ ਚਾਹੁੰਦੇ ਪ੍ਰੋਫਾਈਲ ਅੱਛਾ 23 ਪਾਸ ਆਊਟ ਹੈ ਉਹ ਕੋਈ ਵੀ ਬੱਚਾ ਸਾਡੇ ਨਾਲ ਕੰਟੈਕਟ ਕਰੇ ਵੀਜ਼ਾ ਉਹਨਾਂ ਦਾ ਸੀ ਲਿਆ ਕੇ ਦਵਾਂਗੇ ਔਰ ਉਹ ਵੀ 0% ਲਾਸ ਤੇ ਕੋਈ ਲਾਸ ਨਹੀਂ ਹੋਣ ਦਵਾਂਗੇ ਕਿਸੇ ਵੀ ਕਿਸਮ ਗਾਈਡੈਂਸ ਬੱਚੇ ਨੂੰ ਅੱਜ ਕੱਲ ਬੱਚਾ ਜਿਹੜਾ ਬਹੁਤ ਜਿੰਨੂੰ ਕਹਿੰਦੇ ਆ ਮਿਸ ਗਾਈਡਡ ਹੈ ਸੋਸ਼ਲ ਮੀਡੀਆ ਦਾ ਇਨਫਲੂਐਂਸ ਇੰਨਾ ਜ਼ਿਆਦਾ ਜਿਹੜੇ ਗਲਤ ਬੋਲ ਰਹੇ ਆ ਉਹਨਾਂ ਦਾ ਵੀ ਇਨਫਲੂਐਂਸ ਹੈ ਰਾਈਟ ਜਿਹੜੇ ਸਹੀ ਬੋਲ ਰਹੇ ਆ ਠੀਕ ਆ ਜ ਮੇਰਾ 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਦੋ ਹਜ਼ਾਰ ਕੇ ਮੈਂ ਇਹਨਾਂ ਦੇ ਨਾਲ ਬੱਚਿਆਂ ਨਾਲ ਗੱਡੇ ਆ ਐਂਡ ਆ ਯੂਜ਼ ਟੂ ਇੰਜੋਏ ਵਿਦ ਦਾ ਸਟੂਡੈਂਟਸ ਰਾਈਟ ਇਨਾਂ ਨੇ ਜਿਹੜਾ ਇਹਨਾਂ ਦਾ ਪ੍ਰੋਫਾਈਲ ਕੀ ਹੈ ਅੱਜ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਇੱਕ ਬੱਚੇ ਨੇ ਐਨਰੋਲ ਕੀਤਾ ਸਾਡੇ ਨਾਲ ਜਦ ਉਹਨੇ ਸ਼ੋਅ ਦੇਖਿਆ ਉਹਦੇ ਬਾਅਦ ਆਇਆ ਯੂਨੀਵਰਸਿਟੀ ਆਫ ਤਸਮੇਨੀਆਂ ਦਾ ਕਰਨਾ ਹੈ ਰਾਈਟ ਮੇਰੀ ਕਿਸੇ ਏਜੰਸੀ ਕੋਲ ਫਾਈਲ ਚੱਲ ਰਹੀ ਹੈ ਰਿਜ਼ਲਟ ਨਹੀਂ ਆ ਰਹੇ ਅਸੀਂ ਕਿਹਾ ਉਹ ਕੋਈ ਗੱਲ ਨਹੀਂ ਅਸੀਂ ਕਰਾ ਦਾਂਗੇ ਜਦ ਫਾਈਲ ਆ ਗਈ ਤਾਂ ਕਹਿੰਦੇ ਰਿਜੈਕਸ਼ਨ ਹੋਈ ਹੋਈ ਆ ਉਹ ਯੂਨੀਵਰਸਿਟੀ ਆਫ ਤਸਮੇਨੀਆਂ ਚ ਹੀ ਜਾਣਾ ਹੈ ਮੈਂ ਕਿ ਤੁਹਾਨੂੰ ਅਸੀਂ ਉਸ ਤੋਂ ਵੀ ਵਧੀਆ ਆਪਸ਼ਨ ਦੇ ਦਾਂਗੇ ਬਟ ਜਿਹੜੀ ਯੂਨੀਵਰਸਿਟੀ ਰਿਜੈਕਸ਼ਨ ਕਰ ਦਿੰਦੀ ਹੈ ਚਾਂਸਸ ਬਹੁਤ ਘੱਟ ਹੁੰਦੇ ਆ ਤੁਸੀਂ ਪਿੱਛੇ ਨਾ ਪਹ ਅਸ ਦੇ ਦਿਨ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਯੂਨੀਵਰਸਿਟੀ ਤੁਹਾਨੂੰ ਲੈ ਰਹੀ ਹੈ ਅੱਦੇ ਤੋਂ ਜ਼ਿਆਦਾ ਯੂਨੀਵਰਸਿਟੀਆਂ ਪੰਜਾਬ ਹਰਿਆਣਾ ਗੁਜਰਾਤ ਨੂੰ ਨਹੀਂ ਲੈ ਰੇ ਕੁਝ ਯੂਨੀਵਰਸਿਟੀਆਂ ਆਪਣੇ ਕੋਲ ਬਚੀ ਹੈ ਜਿਹੜੇ ਉਹ ਸਟੇਟ ਬੋਰਡ ਲੈ ਰਹੀ ਹੈ ਹੈਨਾ ਤੁਸੀਂ ਇਹ ਦੇਖੋ ਡਿੱਕਨ ਯੂਨੀਵਰਸਿਟੀ ਨੇ ਚੰਗੇ ਚੰਗੇ ਪ੍ਰੋਫਾਈਲ ਇੰਜੀਨੀਅਰਸ ਦੇ ਪ੍ਰੋਫਾਈਲ ਸਦ ਬੈਂਡ ਵਾਲਿਆਂ ਦੇ ਪ੍ਰੋਫਾਈਲ ਲੜਾਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਲਾਸਟ ਇਅਰ ਦੇ ਬੱਚੇ ਦੀ ਇਨਕਮ ਆਈਟੀਆ ਢਾਈ ਲੱਗਦੀ ਸੀ ਹਰ ਕੀ 5 ਲੱਖ ਤੋਂ ਉੱਪਰ ਸੀਗੀ ਪੇਰੈਂਟਸ ਦੇ ਲਿਕ ਮਤਲਬ ਇੱਕ ਫਾਦਰ ਦੀ ਓਨਲੀ ਆਈ ਏਮ ਟਾਕਿੰਗ ਅਬਾਊਟ ਉਹ ਢਾਈ ਲੱਗਦੀ ਜਿਹੜੀ ਲਾਸਟ ਇਅਰ ਦੀ ਆਈਟੀਆ ਦੇਖ ਕੇ ਪਹਿਲੇ ਆਫਰ ਲੈਟਰ ਇਸ਼ੂ ਕਰਤਾ ਉਹਦੇ ਬਾਅਦ ਉਹਨਾਂ ਨੇ ਰਿਜੈਕਸ਼ਨ ਕਰ ਦਿੱਤੀ ਯੂਨੀਵਰਸਟੀਆਂ ਨੀ ਸਟ੍ਰਿਕਟ ਹੈ ਕਿ ਤੁਹਾਨੂੰ ਜੇ ਆਸਟ੍ਰੇਲੀਆ ਹੀ ਜਾਣਾ ਹੈ ਜੇ ਤੁਹਾਡਾ ਫੋਕਸ ਓਨਲੀ ਆਸਟ੍ਰੇਲੀਆ ਹੈ ਜਿਹੜੀ ਯੂਨੀਵਰਸਿਟੀ ਮਿਲਦੀ ਹੈ ਉਹ ਲੈ ਲਓ ਡੋਨਟ ਬੀ ਚੂਜ਼ਰ ਹੈਨਾ ਜਿਹੜੀ ਮਿਲਦੀ ਹੈ ਫਿਰ ਤੁਸੀਂ ਏਰੀਆ ਵਾਈਜ਼ ਆ ਜਾਓ ਕੁਝ ਏਰੀਆ ਆਪਣੇ ਬਿਊਟੀਫੁਲ ਏਰੀਆ ਵੈਸਟਰਨ ਆਸਟ੍ਰੇਲੀਆ ਤੁਹਾਨੂੰ 100% ਜਿਹੜਾ ਜੌਬ ਚਾਂਸਸ ਬਹੁਤ ਅੱਛੇ ਹੈ ਜਿੱਧਰ ਬੱਚੇ ਨੂੰ ਜਿਹੜਾ ਪੋਸਟਸਟਡੀ ਵਰਕ ਪਰਮਿਟ ਹੈ 40 ਆਵਰਸ ਫੋਰਟਨਾਈਟਲੀ ਉਹਦੇ ਵਿੱਚ ਬਹੁਤ ਅੱਛੀ ਪੇ ਸਕੇਲ ਮਿਲ ਰਹੀ ਹੈ ਤੁਸੀਂ ਕੁئینਜ਼ਲੈਂਡ ਚ ਆ ਜਾਓ ਵੈਦਰ ਬਹੁਤ ਅੱਛਾ ਹੈ ਤੁਸੀਂ ਇੱਕ ਪਰਟੀਕੂਲਰ ਜਗ੍ਹਾ ਦੇ ਪਿੱਛੇ ਨਾ ਪਾਓ ਜੀ ਕਿ ਮੇਰਾ ਉੱਧਰ ਬ੍ਰਦਰ ਰਹਿ ਰਿਹਾ ਮੇਰੀ ਸਿਸਟਰ ਰਹਿ ਰਹੀ ਹੈ ਰੀਅਲ ਬ੍ਰਦਰ ਸਿਸਟਰ ਆਪਾਂ ਸਮਝਦੇ ਹਾਂ ਕਿ ਇੱਕ ਕੰਸਰਨ ਹੋ ਸਕਦਾ ਹੈ ਉਹਨਾਂ ਦੇ ਵਾਸਤੇ ਵੀ ਜੇ ਉਹਨਾਂ ਦਾ ਪ੍ਰੋਫਾਈਲ ਬਾਈ ਚਾਂਸ ਯੂਨੀਵਰਸਿਟੀ ਨਹੀਂ ਪਿੱਕ ਕਰੀ ਪਰਟੀਕੂਲਰ ਜਗ੍ਹਾ ਤੇ ਤੁਸੀਂ ਇੰਨਾ ਓਪਨ ਹੋ ਜਾਓ ਕਿ ਤੁਹਾਨੂੰ ਜਿਹੜਾ ਉਹ ਚਾਂਸ ਮਿਲ ਸਕੇ ਜੇ ਤੁਹਾਡਾ ਮਕਸਦ ਹੈ ਕਿ ਮੈਨੂੰ ਆ ਜਿਹੜੀ ਹੈ ਅਬਰਾਡ ਸਟੱਡੀਜ਼ ਲੈਣੀਆਂ ਅਬਰਾਡ ਦੇ ਵਿੱਚ ਤੁਸੀਂ ਚੂਜ਼ ਕੀਤਾ ਆਸਟ੍ਰੇਲੀਆ ਫਿਰ ਤੁਸੀਂ ਚੂਜ਼ ਕੀਤਾ ਪਰਟੀਕੂਲਰ ਏਰੀਆ ਬਾਈ ਚਾਂਸ ਉਹ ਪਰਟੀਕੂਲਰ ਏਰੀਆ ਨਹੀਂ ਲੱਭਣਾ ਤੁਸੀਂ ਦੂਜੇ ਏਰੀਆ 'ਚ ਚੱਲ ਜਾਓ ਇਹ ਤੇ ਇੱਕ ਐਗਜ਼ਾਮਪਲ ਹੋ ਗਿਆ ਨਾ ਤੁਸੀਂ ਚੰਡੀਗੜ੍ਹ ਬਾਈ ਚਾਂਸ ਨਹੀਂ ਆ ਸਕੇ ਤੇ ਲੁਧਿਆਣੇ ਚਲੇ ਗਏ ਠੀਕ ਹੈ ਨਾ ਔਰ ਜਾਂ ਫਿਰ ਤੁਸੀਂ ਨੀਅਰਬਾਈਕ ਹੋਰ ਸਿਟੀ ਚਲੇ ਗਏ ਤੇ ਤੁਸੀਂ ਚੂਜ਼ੀ ਨਾ ਬਣੋ ਮੇਰੀ ਤੁਹਾਨੂੰ ਇਹੀ ਐਡਵਾਈਸ ਹੈ ਡੋਨਟ ਬੀ ਚੂਜ਼ੀ ਐਂਡ ਇਫ ਯੂ ਵਾਂਟ ਟੂ ਬੀ ਸਕਸੈਸਫੁਲ ਜਿਹੜੀ ਯੂਨੀਵਰਸਿਟੀ ਲੈ ਰਹੀ ਐ ਇਮੀਡੀਏਟ ਫਾਈਲ ਲਗਵਾਓ ਜੈਨ ਦਾ ਵੀਜ਼ਾ ਦਾ ਰਿਜ਼ਲਟ ਤੁਸੀਂ ਦੇਖੋਗੇ ਯੂ ਵਿਲ ਬੀ ਹੈਪੀ ਜੀ ਜੀ ਤੁਸੀਂ ਇਹ ਦੇਖੋ ਸ਼ੁਰੂ ਚ ਵੀਜ਼ਾ ਦੇਣਗੇ ਉਹਦੇ ਬਾਅਦ ਰਿਜੈਕਸ਼ਨਸ ਵੀ ਆਣਗੇ ਹਮ ਤੇ ਜਿਹੜਾ ਇਹ ਜੈਨ ਦਾ ਟਾਈਮ ਰਹੇਗਾ ਇਹ ਬਹੁਤ ਕ੍ਰੂਸ਼ੀਅਲ ਟਾਈਮ ਹੈ ਜਿਹੜੇ ਸਟੂਡੈਂਟਸ ਆ ਬਿਨਾ ਕੁਐਸਚਨ ਕੀਤੇ ਤੁਸੀਂ ਫਾਈਲਾਂ ਅਪਲਾਈ ਕਰਨੀ ਸ਼ੁਰੂ ਕਰ ਸੋ ਬਹੁਤ ਬਹੁਤ ਧੰਨਵਾਦ ਸੋ ਮੈਮ ਵੀਨਾ ਗੋਇਲ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਨਵੰਬਰ ਇਨਟੇਕ ਵਾਲੇ ਕੀ ਕਰਨ ਔਰ ਕਿਉਂ ਜ਼ਰੂਰੀ ਹੈ ਕਿ ਤੁਰੰਤ ਤੁਸੀਂ ਫਾਈਲ ਲਗਾਓ ਜਿੰਨੀ ਜਲਦੀ ਜਨੂਰੀ ਔਰ ਫ फेब्रुवारी ਇਨ ਟੇਕ ਦੀ ਫਾਈਲ ਲੱਗੇਗੀ ਵੀਜ਼ਾ ਦੇ ਚਾਂਸਸ ਵਧਣਗੇ ਔਰ ਜ਼ਿਆਦਾ ਵੀਜ਼ਾ ਵੀ ਆਣਗੇ ਸੋ ਬੜੀ ਕਲੈਰਿਟੀ ਦੇ ਨਾਲ ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਕੀਤੀਆਂ ਨੇ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਸੋ ਮੱਚ ਥੈਂਕ ਯੂ